अस्सलामु अलैकुम, औज़ु बिल्लाहि मिनश शैतानिर रजीम, बिस्मिल्लाहिर रहमानिर रहीम। सैयदना करीमुन सल्लल्लाहु अलैहि वसल्लम, लेंदा पंजाब ते सोना पंजाब, चैनल दा होस्ट वकास अहमद नून हाजिर आ। अज अपनी पहली पीढ़ी पाकिस्तान दी जिहड़ी पहली पीढ़ी सी उन्हां बाबियां दे नाल, बाबा गुलाम रसूल गाजीपुरिया, हाजी अकरम अलमरूफ माझा, ये साढ़े नाल बैठे आ। असीं इन्हां नाल सवाल जवाब करांगे, ये साडे पंजाबी कल्चर के बारे दसंगे। जो हिंदुस्तान पाकिस्तान वंड पई, लकीर मशरकी पंजाब ते मगरबी पंजाब वंडिया गया। अज हाजी गुलाम रसूल साहब दसो, जो पाकिस्तान बनिया तुसी उदों किड्डे की सी? तीन साल। अच्छा, तो पिंड सी हिंदुस्तान? जिला केड़ा साडा? सुल्तानपुर जिला जलंधर। तहसील सुल्तानपुर? तहसील सुल्तानपुर जी। जिला जलंधर, तहसील सुल्तानपुर। किन्नी उम्र है जी? 77 साल। मतलब पाकिस्तान बनिया 74 वरे लंघे आ। तुसी तकरीबन उदो किन्ने साल दे होगे? 3 साल। कोई याद, कोई उत्थे हिंदुस्तान दी अपने कोई दसो सानू? जिहड़ी इंडिया दीआं यादां ने उह थोड़ीआं ने। ओह 3 साल दा रिपोर्ट सर। जदों इक साडे पिंड दे लागे ना इक खूह सीगा, गाजीपुर पिंड सीगा, ते उहदे लागे इक खूह सीगा, ते मेरी हमशीरा ना मैनूं उत्थे लै के जांदी हुंदी सी। उत्थे नूंहां दी हुंदी सी, ते खूह जिहड़ा सी ना उह ढग्गियां दे नाल चलदा। राहट वाला खूह जिहड़ा कहिंदे? हां, ढग्गियां दे नाल चलदा, उहदीआं टिंडां। टिंडां वाला खूह? अच्छा। ਉਹਦੇ ਉੱਤੇ ਨਵਾਰੀ ਸੀ, ਅਤੇ ਇੱਕ ਵਾਰੀ ਉਹਨੇ ਮੈਨੂੰ ਸੁੱਟ ਦਿੱਤਾ, ਅਤੇ ਮੇਰੇ ਨਾਲ ਇੱਥੇ ਸੱਟ ਲੱਗ ਗਿਆ ਮੱਥੇ ਦੇ ਉੱਪਰ। ਹਾਂ, ਹਰੇ ਵੀ ਨਿਸ਼ਾਨ ਆ ਬਿਲਕੁਲ। ਇਸ ਗੱਲ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਫਿਰ ਇੱਕ ਵਾਰੀ ਬਾਰਿਸ਼ ਪਈ, ਅਤੇ ਮੇਰੀ ਮਸ਼ੀਰਾ ਮੈਨੂੰ ਲੈ ਕੇ ਨਾ ਇੱਕ ਗਲੀ ਦੇ ਵਿੱਚ ਬਾਹਤਾ ਉਹਨੇ, ਅਤੇ ਜਾਮ ਨਹੀਂ ਸੀਗਾ ਉਸ ਪਿੰਡ ਦੇ ਵਿੱਚ, ਅਤੇ ਉਹ ਜਾਮ ਨੂੰ ਚੁੱਕਦੀ ਸੀ, ਅਤੇ ਮੈਂ ਵੀ ਬੈਠਾ, ਅਤੇ ਮੀਂਹ ਪੈਂਦਾ ਸੀ, ਅਤੇ ਜਾਮ ਨੂੰ ਮੋਟੇ ਮੋਟੇ ਮੇਰੇ ਲੱਗ ਜਾਂਦੇ ਸੀ, ਅਤੇ ਮੈਂ ਉਹ ਚੁੱਕ ਚੁੱਕ ਕੇ ਕੋਲ ਕਰੀ ਜਾਂਦਾ। ਅੱਛਾ। ਉਹ ਤੋਂ ਬਾਅਦ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਵਾ ਨਾ, ਉਹ ਤੋਂ ਬਾਅਦ ਫਿਰ ਮੈਨੂੰ ਇਸੇ ਗੱਲ ਦਾ ਹੀ ਪਤਾ, ਹੋਰ ਕਿਸੇ ਦਾ ਨਹੀਂ ਪਤਾ। ਬੱਚਾ ਬਚਪਨ ਉਹਨੇ ਨਹੀਂ ਯਾਦ? ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ, ਅਤੇ ਉਦੋਂ ਨਾ ਗਾਜ਼ੀਪੁਰੋਂ ਇੱਕ ਕਾਫਲਾ ਨਿਕਲਿਆ ਦੋ ਤਿੰਨਾਂ ਪਿੰਡਾਂ ਦਾ, ਉਹ ਅੰਡਰ ਸੀਗਾ ਨਿਜ਼ਾਮਦੀਨ ਦਾ। ਚਾਚਾ ਜੀ, ਕੈਮਰੇ ਵੱਲ ਮੂੰਹ ਕਰਕੇ ਦੱਸੋ। ਕਾਫਲਾ ਨਿਕਲਿਆ ਜੀ? ਅੰਡਰ ਸੀਗਾ, ਕਾਫਲਾ ਨਿਕਲਿਆ ਨਾ, ਉਹਨੂੰ ਕੰਟਰੋਲ ਕਰ ਰਿਹਾ ਸੀ ਇੱਕ ਕੈਪਟਨ ਨਿਜ਼ਾਮਦੀਨ ਸੀਗਾ। ਅੱਛਾ। ਉਹਨੇ ਸੁਨੇਹਾ ਦਿੱਤਾ ਵੀ ਆ ਜਾਓ ਤੁਸੀਂ, ਅਸੀਂ ਪਿੰਡੋਂ ਨਿਕਲੇ ਹਾਂ। ਨਿਕਲੇ ਹਾਂ ਜਦੋਂ, ਅਤੇ ਫਿਰ ਉਹਨੇ ਸੁਨੇਹਾ ਕਰ ਲਿਆ ਵੀ ਨਹੀਂ, ਹਜੇ ਤੁਸੀਂ ਵਾਪਸ ਚਲੇ ਜਾਓ। ਅਸੀਂ ਵਾਪਸ ਚਲੇ ਗਏ। ਉਸ ਖੂਹ ਦੇ ਉੱਤੇ ਇੱਕ ਥੜਾ ਹੁੰਦਾ ਸੀ ਨਮਾਜ਼ ਪੜ੍ਹਨ ਬਣਾਇਆ, ਉੱਥੇ ਜਾ ਕੇ ਮੇਰੀ ਵਾਲਦਾ ਬਹਿ ਗਈ ਆ, ਅਤੇ ਮੈਨੂੰ ਦੁੱਧ ਪਿਆਉਂਦੀ ਆ, ਅਤੇ ਫਿਰ ਸੁਨੇਹਾ ਆ ਗਿਆ ਵੀ ਆ ਜਾਓ। ਅਸੀਂ ਫਿਰ ਆ ਕੇ ਆ ਗਏ ਕਾਫਲੇ ਦੇ ਵਿੱਚ। ਫਿਰ ਇਹ ਨਹੀਂ ਪਤਾ ਵੀ ਕਾਫਲਾ ਉਹ ਜਿਹੜਾ ਕਿੰਨਾ ਕੁ ਸੀਗਾ, ਲੇਕਿਨ ਇਹ ਸੀ ਕਦੀ ਸੁਨੇਹਾ ਆ ਜਾਂਦਾ ਸੀ ਵੀ ਅੱਗੇ ਖਤਰਾ ਵਾ ਅਤੇ ਇੱਥੇ ਰੁਕ ਜਾ, ਕਦੀ ਸੁਨੇਹਾ ਆ ਜਾਂਦਾ ਸੀ ਵੀ ਆ ਜਾਓ ਤੁਰ ਪਓ, ਅਤੇ ਅਸੀਂ ਤੁਰੇ ਜਾਂਦੇ ਸੀਗੇ। ਇੱਦਾਂ ਹੀ ਹੁੰਦਿਆਂ ਬਿਆਸਾ ਦਰਿਆ ਹੈਗਾ, ਬਿਆਸ ਉਹਦਾ ਪੁਲ ਕਰਾਸ ਜਦੋਂ ਕੀਤਾ ਹੈ, ਉਦੋਂ ਦਾ ਮੈਨੂੰ ਪਤਾ। ਉਹ ਤੋਂ ਬਾਅਦ ਫਿਰ ਇੱਥੇ ਅਸੀਂ ਆ ਗਏ ਹਰੀ ਸਿੰਘ। ਡਾਇਰੈਕਟ ਉੱਥੋਂ ਹਰੀ ਸਿੰਘ? ਨਹੀਂ, ਆਏ ਅਸੀਂ ਫਿਰ ਉਹ ਕਾਫਲੇ ਦੇ ਨਾਲ ਹੀ ਆ। ਢੱਗੇ ਵੀ ਸੀ ਸਾਡੇ ਕੋਲ, ਗੱਡੇ ਵੀ ਸੀ ਸਾਡੇ ਕੋਲ। ਗੱਡਿਆਂ ਤੇ ਬਹਿ ਕੇ ਅਸੀਂ ਆਏ ਹਾਂ? ਹਾਂਜੀ, ਗੱਡਿਆਂ ਤੇ। ਅੱਛਾ। ਸਾਡੇ ਕੋਲ ਨਾ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਪ੍ਰੋਗਰਾਮ ਬਣਿਆ ਨਾ ਤਕਸੀਮ ਦਾ, ਅਤੇ ਉਦੋਂ ਨਾ ਮਿਸਤਰੀਆਂ ਕੋਲੋਂ ਅਸੀਂ ਬਰਛੀਆਂ ਅਤੇ ਛਵੀਆਂ ਬਣਵਾਈਆਂ। ਛਵੀ ਕੀ ਹੁੰਦਾ ਜੀ? ਬਰਛੀ ਸਾਨੂੰ ਪਤਾ ਵਾ, ਤੇਜ਼ ਹੀ ਨੋਕ ਵਾਲੀ ਹੁੰਦੀ। ਛਵੀ ਹੁੰਦੀ ਜੀ, ਅੱਗੇ ਚੋਕਾ ਲਗਾ ਹੁੰਦਾ। ਅੱਛਾ, ਗੰਡਾਸਾ ਜਿਹਨੂੰ ਕਹਿੰਦੇ? ਗੰਡਾਸਾ ਔਰ ਸੁਲਤਾਨ ਰਾਜ ਵਾਲਾ ਜਿਹੜਾ। ਠੀਕ। ਉਹ ਸਾਡੇ ਗੱਡਿਆਂ ਦੇ ਥੱਲੇ ਦਿੱਤੇ ਹੁੰਦੇ, ਜਿਹਨੇ ਰਾਜ ਕੋਈ ਸਿੱਖ ਸੁੱਖ ਹਮਲਾ ਕਰੇ, ਕੋਈ ਹਮਲਾ ਕਰੇ ਅਤੇ ਆਪਣਾ। ਫਿਰ ਉਸ ਤੋਂ ਬਾਅਦ ਇੱਥੇ ਆ ਗਿਆ ਸੀ, ਨਾ ਕੋਈ ਟੀ ਵੀ ਸੀ, ਨਾ ਕੋਈ ਰੇਡੀਓ ਸੀ, ਨਾ ਕੋਈ ਮਤਲਬ ਹੋਰ ਕੋਈ। ਜਦੋਂ ਤੁਸੀਂ ਇੱਥੇ ਆਏ, ਮੈਂ ਸਵਾਲ ਤੁਹਾਨੂੰ ਪੁੱਛਣਾ, ਜਦੋਂ ਤੁਸੀਂ ਉਦੋਂ ਤੁਸੀਂ ਬਹੁਤ ਛੋਟੇ ਹੋਣੇ, ਇਸ ਪਿੰਡ 'ਚ ਜਿਹੜੀ ਪਹਿਲੀ ਆਬਾਦੀ ਸੀ ਉਹ ਕਿਹੜੀ ਸੀ? ਮੁਸਲਮਾਨ ਸੀ, ਕ੍ਰਿਸਚਨ ਸੀ, ਸਿੱਖ ਸੀ, ਜਾਂ ਸਾਰੇ ਘਰ ਖਾਲੀ ਪਏ ਸੀ? ਇੱਥੇ ਪਹਿਲੇ ਸਿੱਖ ਸੀ ਨਾ, ਅਤੇ ਈਸਾਈ ਸੀ। ਅੱਛਾ। ਸਿੱਖ ਚਲੇ ਗਿਆ ਸੀ, ਈਸਾਈ ਇੱਥੇ। ਅੱਛਾ। ਹਾਂਜੀ ਸਰ, ਕੋਈ ਮੁਸਲਮਾਨ ਘਰ ਵੀ ਇੱਥੇ ਹੈਗਾ? ਹੈਲੋ। ਹਾਂਜੀ,
फिर जिदा जिदा वधेगा उदा उदा बाहर लोग कब्जे कर देगा फिर मरबा पूरा वाला हो गया। पहले गलियां जेडे पहले बाजार से ना वे ये वे फिर जो 1958 अयूब खान ने यूनियन कौंसल बनाईया फिर नालिया के बजट आए तो फिर पिंड के जेडे नंबरदार से ना बह के ना फैसला किया कि एडे एडे बाजार असी की करने उन्होंने छोटे करके ना दो पासियों को नालिया बना दो पास बाजार छोटे करने। अच्छा तुम ये दसो कि जिदा असी तो कह लो कि सर नस्सी की मेरी पैदाइश आ असी पाकिस्तान के साढ़े तुम तो हिंदुस्तान पैदा हो ना तुम सा पहली नस्ल शामिल नहीं होंगे साड़ी पहली नस्ल शामिल होंगे जो लोग इतने पैदा हो जाए जिदा मेरा प्यो से या मेरे चाचे से पैदाइश सब उत्थे दी कित्थे दी है मेरी साल 1952 दी पैदाइश है यानी कि पहली नस्ल साड़ी पहली पीढ़ी है इस धरती माँ की इस मुल्क की 1952 पहली पीढ़ी 1952 असी दूजी पीढ़ी बन गए तेरे साढ़े बच्चे तीजी पीढ़ी बन गए हूँ साढ़े जो वे नानिया को या दादिया को या दादिया को गल सुनते होंगे सी या अपने प्यो को गल सुनते होंगे कि सा उ पिंड सी इन्नी जमीन सी दरिया ब्यास के उपर सा जमीन सी जिला हुशियारपुर तहसील दसूहा पिंड लुनाला हूँ मैं तो उसे ना गया ना जमया ना पर मेरे दिल से हुब उठती है कि यार मौका मिले तो मैं भज के जाव उन्होंने गलिया जाके फिर जिते मेरा परदादा परदादे का प्यो ओरा प्यो ओरा प्यो सारे फिरते होने तुम तो जमे उथे तो खूह भी देखिया तुम उ जामन भी खाधे बह के ਤੁਸੀਂ ਖੂਹ ਦੇ ਨਾਂ ਨਹੀਂ ਗਏ ਤੁਹਾਡੇ ਦਿਲ ਚ ਨਹੀਂ ਪੁੱਟਦੀ ਯਾਰ ਮੈਂ ਗਾਜ਼ੀਪੁਰ ਜਾਵਾਂ ਬੜੀ ਖੂਹ ਪੁੱਟਦੀ ਕਈ ਵਾਰੀ ਅਸੀਂ ਕਿਹਾ ਯਾਰ ਚੱਲੀਏ ਨਾ ਵੇਖਣ ਸਾਡੇ ਜਿਹੜੇ ਹੁਣ ਬੰਦੇ ਜੀਂਦੇ ਆ ਨਾ ਕਈ ਵਾਰੀ ਕਹਿੰਦੇ ਆ ਵੀ ਜਾਈਏ ਵੇਖਣ ਅਸੀਂ ਜਾ ਕੇ ਵੇਖੀਏ ਪਰ ਉਹ ਨਕਸ਼ਾ ਨਹੀਂ ਹੋਣਾ ਉੱਥੇ ਲਓ ਜੀ ਮਹਿਫਲ ਮਿੱਤਰਾਂ ਦੀ ਅਜੀ ਸਾਡੀ ਇਹ 24ਵੀਂ ਕਿਸ਼ਤ ਵਾ ਇਨਸ਼ਾਅੱਲਾ ਬਾਬਾ ਜੀ ਤਾਂ ਨਫੇ ਸੀ ਬਾਬਾ ਸਾਡੇ ਵਕਾਰ ਸਾਹਿਬ ਜਿਹੜੇ ਨਾ 70 ਸੀ ਘਰ ਜਿਹੜੇ ਗਾਜ਼ੀਪੁਰ ਦੇ ਸੀਗੇ ਅੱਛਾ ਅਸੀਂ ਵੀ ਗਾਜ਼ੀ ਕੋਈ ਪਿੰਡ ਸੀ ਸਾਡਾ ਤਹਿਸੀਲ ਸੁਲਤਾਨਪੁਰ ਸੀ ਜ਼ਿਲ੍ਹਾ ਜਲੰਧਰ ਤੇ ਪਿੰਡ ਗਾਜ਼ੀਪੁਰ ਬਹੁਤ ਮਸ਼ਹੂਰ ਸੀਗਾ ਇਹ ਜਿੰਨਾ ਟੱਬਰ ਅਸੀਂ ਬੈਠੇ ਹਾਂ ਨਾ ਸਾਰੇ ਗਾਜ਼ੀਪੁਰ ਪਿੰਡ ਚੋਂ ਅਸੀਂ ਬੈਠੇ ਹਾਂ ਬਈ ਮੈਂ ਗ੍ਰਾਮ ਅਸੂਲ ਟੱਬਰ ਭਾਗ ਮਰ ਗਿਆ ਆਪਣਾ ਚੌਧਰੀ ਵਜ਼ੀਰ ਚੌਧਰੀ ਮਮੰਦੀ ਸਾਰੇ ਜਿੰਨੇ ਵੀ ਸੀਗੇ ਇਹ ਸਾਨੂੰ ਤਾਂ ਮਾਈਆਂ ਦੱਸਦੀਆਂ ਸੀਗੀਆਂ ਵੀ ਉਦੋਂ ਨਾ ਲੱਕੜ ਦੀਆਂ ਗੋਗੜਾ ਬਣਦੀਆਂ ਸੀ ਜਿਹੜਾ ਵੇਲਣਾ ਵਗਦਾ ਸੀ ਨਾ ਆ ਮੋਲਾ ਲੁਹਾਰ ਸੀਗਾ ਸਾਡਾ ਜਿਹੜਾ ਆਏ ਸੀਗੇ ਲੱਕੜ ਦੀਆਂ ਗੋਗੜਾ ਕਾਠ ਦਾ ਹਾਂਜੀ ਲੱਕੜ ਦੀਆਂ ਅੱਛਾ ਅੱਛਾ ਲੱਕੜ ਦੀਆਂ ਗੋਗੜਾ ਬਣਾ ਕੇ ਤੇ ਉਹਦਾ ਵੇਲਣਾ ਚੱਲਦਾ ਸੀਗਾ ਉਦੋਂ ਵੇਲਣੇ ਦੇ ਵਿੱਚ ਉਹ ਦੇਖ ਕੇ ਤੇ ਉਦੋਂ ਇਹ ਕਮਾਦ ਪੀੜਦੇ ਸੀ ਮੇਰਾ ਨਾਨਾ ਜੀ 7 ਫੁੱਟੋ ਦਾ ਕੱਦ ਸੀਗਾ ਗੱਤਕਾ ਖੇਲਦਾ ਸੀ ਸਾਡੇ ਨਾਨੇ ਦੀਆਂ ਪੰਜ ਧੀਆਂ ਸੀਗੀਆਂ ਜਦੋਂ ਉਧਰੋਂ ਉੱਠੇ ਆ ਸਾਡੇ ਨਾਨੇ ਦੀ ਬੜੀ ਉੱਥੇ ਹਵਾ ਬੜੀ ਸੀਗੀ ਗੱਤਕੇ ਦੀ खत्म हो रहा लो जी पंजाबी जिथे भी वसते पे हो चढ़ते पंजाब लेंदे पंजाब दुनिया जिस कोने देखो साढ़े दो पंजाबी बजुर्ग ये सानू दस रहे हैं पुराने वेले दी गल्लां तो मैं उम्मीद है तुम्हें जरूर मजा आएगा ओके जी अल्लाह हाफिज़ अस्सलाम वालेकुम पूरे पंजाबियों पूरी दुनिया के।